ਮਨੁੱਖਤਾ ਨੂੰ ਸਮਰਪਿਤ ਜਿੰਨੇ ਵੀ ਸਮਾਜ ਸੇਵੀ ਪਹੁੰਚੇ ਉਹਨਾਂ ਦਾ ਸਨਮਾਨ ਸਮਾਰੋਹ ਦੇ ਵਿੱਚ ਪਹੁੰਚੀ ਹੋਈ ਸਾਧ ਸੰਗਤ, ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਅਤੇ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸ ਦਾਨੀ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਗੁਰਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤਾਂ ਸੁਰਿੰਦਰ ਸਿੰਘ ਨੂੰ, ਸਾਰਿਆਂ ਨੂੰ ਵੀ ਬੇਨਤੀ ਕਰੂੰਗਾ, ਸਮਾਂ ਬਹੁਤ ਜ਼ਿਆਦਾ ਹੋ ਗਿਆ, ਮੈਂ 1-2 ਮਿੰਟ ਬੋਲਦਿਆਂ ਆਪ ਜੀ ਜਿਹੜੇ ਲੋੜਵੰਦਾਂ ਨੂੰ ਰਾਸ਼ਨ ਦੇਣਾ ਹੈ, ਜੋ ਵੀ ਸੇਵਾਵਾਂ ਹੈ ਉਹ ਆਪਾਂ ਸਮੇਂ ਨਾਲ ਜੋ ਸੇਵਾਵਾਂ ਨਿਭਾ ਸਕੀਏ, ਕਿਉਂਕਿ ਮੌਸਮ ਦੇ ਵਿੱਚ ਵੀ ਕੋਈ ਤਬਦੀਲੀ ਆ ਰਹੀ ਹੈ। ਮੈਂ ਇਹੀ ਬੇਨਤੀ ਕਰੂੰਗਾ, ਗੁਰਬਾਣੀ ਕੀ ਸਿਖਾਉਂਦੀ ਹੈ? ਅਸਲ ਵਿੱਚ ਗੁਰਬਾਣੀ ਨੂੰ ਸਾਰੇ ਪੜ੍ਹਦੇ ਹਾਂ, ਲਾਗੂ ਬਹੁਤ ਘੱਟ ਕਰਦੇ ਹਾਂ। ਸੱਚੇ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਧੌਲ ਧਰਮ ਦਇਆ ਕਾ ਪੁੱਤ। ਧਰਮ ਦੀ ਜਿਹੜੀ ਮਾਂ ਹੈ ਉਹ ਦਇਆ ਹੈ, ਸਾਨੂੰ ਸਮਝ ਲੈਣਾ ਚਾਹੀਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ 20 ਰੁਪਈਆਂ ਦਾ ਲੰਗਰ ਛਕਾਇਆ ਸੀ, ਉਹ ਕਿਹਨਾਂ ਨੂੰ ਛਕਾਇਆ ਸੀ? ਰਜਿਆਂ ਨੂੰ ਨਹੀਂ, ਚੂੜਕਾਣੇ ਨਗਰ ਦੇ ਵਿੱਚ ਭੁੱਖੇ ਸਾਧੂਆਂ ਨੂੰ ਛਕਾਇਆ, ਜਿਹਨਾਂ ਨੂੰ ਲੋੜ ਸੀ। ਰਜੇ ਨੂੰ ਛਕਾਉਣ ਦਾ ਤਾਂ ਕੋਈ ਲਾਭ ਨਹੀਂ, ਭੁੱਖਿਆਂ ਨੂੰ ਛਕਾਇਆ ਸੀ। ਤੇ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ? ਕਹਿੰਦੇ ਖਾਲਸਾ ਜੀ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਲੋੜਵੰਦ ਦੀ ਮਦਦ ਕਰਨੀ, ਸਮਝ ਲਓ ਗੁਰਦੁਆਰੇ ਦੀ ਗੋਲਕ ਵਿੱਚ ਹੀ ਮਾਇਆ ਪੈ ਗਈ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਜੀਵਨ ਪੜ੍ਹਿਓ, ਉਹ ਕੋੜੀਆਂ ਨੂੰ ਜਦੋਂ ਛੂਤ ਦੀ ਬਿਮਾਰੀ ਸੀ, ਜਦੋਂ ਕੋੜ ਦਾ ਇਲਾਜ ਹੀ ਨਹੀਂ ਸੀ, ਮਹਾਰਾਜ ਆਪ ਗੁਰੂ ਅਰਜਨ ਦੇਵ ਸਾਹਿਬ ਮਲਮ ਪੱਟੀ ਕਰਦੇ ਰਹੇ। ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਪੜ੍ਹਿਓ, ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਦੇ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਬੱਲੂ, ਉਦੋਂ ਗੁਰਤਾਗਦੀ ਨਹੀਂ ਮਿਲੀ ਸੀ ਸੱਚੇ ਪਾਤਸ਼ਾਹ ਨੂੰ, ਕਹਿੰਦੇ ਜੇਠਾ ਕਿਤੇ ਦਿਖਦਾ ਨਹੀਂ, ਕਈ ਦਿਨਾਂ ਤੋਂ ਕਿੱਥੇ ਰਹਿੰਦਾ ਹੈ? ਤੇ ਭਾਈ ਬੱਲੂ ਦੇ ਬੋਲ ਸੀ ਸੱਚੇ ਪਾਤਸ਼ਾਹ, ਭਾਈ ਜੇਠਾ ਅੰਮ੍ਰਿਤ ਵੇਲੇ ਉੱਠਦਾ ਏ, ਪਾਣੀ ਢੋਂਦਾ ਏ, ਦਰਬਾਰ ਦੀ ਵਿਛਾਈ ਕਰਦਾ ਏ, ਕੀਰਤਨ ਹੁੰਦਾ ਹੈ, ਗੁਰੂ ਦੀਆਂ ਸੰਗਤਾਂ ਵਾਸਤੇ ਲੰਗਰ ਤਿਆਰ ਕਰਦਾ ਏ, ਸੰਗਤਾਂ ਲੰਗਰ ਛਕਦੀਆਂ, ਜੂਠੇ ਬਰਤਨ ਮਾਂਜਦਾ ਏ, ਜਿਹੜੇ ਬਜ਼ੁਰਗ ਹੁੰਦੇ ਆ ਸ਼ਾਮ ਨੂੰ ਉਹਨਾਂ ਦੀ ਮੁੱਠੀ ਚਾਪੀ ਕਰਦਾ ਏ। ਸੱਚੇ ਪਾਤਸ਼ਾਹ ਕਹਿੰਦੇ ਬੱਲੂ, ਮੇਰੀਆਂ ਸੰਗਤਾਂ ਦੀ ਜਿਹੜਾ ਇੰਨੇ ਪਿਆਰ ਨਾਲ ਸੇਵਾ ਕਰਦਾ ਏ, ਗੁਰੂ ਦੇ ਘਰ ਤੋਂ ਪਤਾ ਨਹੀਂ ਕਿੰਨੀਆਂ ਕੁ ਮਿਹਰਾਂ ਆਉਣ ਵਾਲੀਆਂ। ਲਾਹੌਰ ਤੋਂ ਸੰਗਤ ਆਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿੱਥੇ ਖਾਲਸਾ ਕਾਲਜ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਂ ਤੇ ਯੂਨੀਵਰਸਿਟੀ ਬਣੀ, ਇਹਦੇ ਨੇੜੇ ਕੁਝ ਬਜ਼ੁਰਗ ਥੱਕ ਕੇ ਆਰਾਮ ਕਰਦੇ, ਗੁਰੂ ਅਰਜਨ ਦੇਵ ਸਾਹਿਬ ਆ ਕੇ ਮੁੱਠੀ ਚਾਪੀ ਕਰਦੇ ਆ, ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ। ਇਤਿਹਾਸ ਪੜ੍ਹਦੇ ਹਾਂ, ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੱਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਤਾ ਮਨੁੱਖਤਾ ਦੇ ਲਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਰਬੰਸ ਵਾਰਿਆ, ਪਰਿਵਾਰ ਵਾਰਿਆ, ਮਨੁੱਖਤਾ ਦੇ ਲਈ। ਸਾਧ ਸੰਗਤ, ਸਿੱਖ ਧਰਮ ਆਪਾਂ ਨੂੰ ਇਹ ਸਿਖਾਉਂਦਾ ਹੈ, ਗੁਰਬਾਣੀ ਇਹ ਸਿਖਾਉਂਦੀ ਹੈ ਕਿ ਲੋੜਵੰਦਾਂ ਦੀ ਮਦਦ। ਰੈੱਡ ਕ੍ਰਾਸ ਦੇ ਬਾਨੀ ਭਾਈ ਸਾਹਿਬ ਭਾਈ ਘਨੱਈਏ ਦਾ ਜੀਵਨ ਪੜਿਓ, ਜਿਹੜਾ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦਾ ਸੀ, ਮੈਦਾਨੇ ਜੰਗ ਦੇ ਅੰਦਰ ਮਲਮ ਪੱਟੀ ਕਰਦਾ ਸੀ। ਭਗਤ ਪੂਰਨ ਸਿੰਘ ਦਾ ਜੀਵਨ ਪੜਿਓ,
ਜਿਨ੍ਹਾਂ ਦੀਆਂ ਬੜੀਆਂ ਸੇਵਾਵਾਂ, ਮੈਂ ਇੱਕ ਦੋ ਬੇਨਤੀਆਂ ਕਰਕੇ ਆਪ ਜੀ ਤੋਂ ਖਿਮਾ ਮੰਗ ਲਵਾਂ। ਤੁਸੀਂ ਗੱਲ ਬਹੁਤ ਵਾਰੀ ਸੁਣੀ ਹੋਈ ਹੈ, ਇੱਕ ਵਾਰੀ ਇੱਕ ਜੰਗਲ ਵਿੱਚ ਜੰਗਲ ਨੂੰ ਅੱਗ ਲੱਗ ਗਈ। ਇੱਕ ਪੰਛੀ ਲਾਗੇ ਜਲਦਾ ਟੋਭਾ ਚੁੰਝ ਭਰਦਾ, ਜਿੱਥੇ ਅੱਗ ਲੱਗੀ ਦੋ ਬੂੰਦਾਂ ਸੁੱਟ ਦਿੰਦਾ, ਚੁੰਝ ਭਰਦਾ ਦੋ ਬੂੰਦਾਂ ਸੁੱਟ ਦਿੰਦਾ। ਨਾਲ ਦੇ ਪੰਛੀ ਕਹਿੰਦੇ, ਉਹ ਸੱਜਣਾ ਐਡਾ ਵੱਡਾ ਜੰਗਲ ਸੜ ਕੇ ਸਵਾਹ ਹੋ ਰਿਹਾ ਏ, ਤੇਰੀਆਂ ਦੋ ਦੋ ਬੂੰਦਾਂ ਨਾ ਅੱਗ ਬੁਝਣ ਵਾਲੀ ਨਹੀਂ ਹੈ। ਤੇ ਪੰਛੀ ਦਾ ਜਵਾਬ ਸੀ, ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਏ। ਜਦੋਂ ਦੁਨੀਆਂ ਦੇ ਵਿੱਚ ਇਤਿਹਾਸ ਲਿਖਿਆ ਜਾਵੇਗਾ, ਉਹ ਰੱਬ ਦੇ ਘਰ ਵਿੱਚ ਲੇਖਾ ਜੋਖਾ ਹੋਵੇਗਾ, ਮੇਰੀ ਵਾਰੀ ਅੱਗ ਲਾਉਣ ਵਾਲਿਆਂ ਚ ਨਹੀਂ ਅੱਗ ਬੁਝਾਉਣ ਵਾਲਿਆਂ ਚ ਹੋਵੇਗੀ। ਆਪਣੀ ਸੋਚ ਵੀ ਕਈ ਵਾਰੀ ਸੀ ਢਹਿੰਦੀ ਕਲਾ, ਲਓ ਜੀ ਮੇਰੇ ਕਰਨ ਨਾਲ ਕੀ ਹੋਵੇਗਾ, ਆਪਾਂ ਲੋੜਵੰਦਾਂ ਦੀ ਮਦਦ ਕੀ ਕਰ ਸਕਦੇ, ਬੜੇ ਸਵਾਲ ਹੈ। ਲੈ ਇਹ ਬਣੇਗਾ ਸਮਾਜ ਸੇਵੀ, ਇਹ ਕਰੇਗਾ ਲੋਕਾਂ ਦੀ ਮਦਦ। ਪਹਿਲਾਂ ਤਾਂ ਲੋਕ ਭੁੱਖੇ ਸੌਂਦੇ ਸੀ, ਇਹੋ ਜਿਹੀਆਂ ਪਰੇਸ਼ਾਨੀਆਂ ਸਵਾਲ ਬੜੇ ਹੈ, ਪਰ ਨਹੀਂ ਆਪਣੀ ਵਾਰੀ ਅੱਗ ਲਾਉਣ ਵਾਲਿਆਂ ਚ ਨਹੀਂ ਅੱਗ ਬੁਝਾਉਣ ਵਾਲਿਆਂ ਚ ਆਉਣੀ ਚਾਹੀਦੀ ਹੈ। ਲੋੜਵੰਦਾਂ ਦੀ ਮਦਦ ਕਰੀਏ। ਕਾਫੀ ਪੁਰਾਣੀ ਸਟੋਰੀ ਪੜ੍ਹੀ ਮੈਂ ਅਖਬਾਰ ਦੇ ਵਿੱਚ, ਉਹਦਾ ਸਿਰਲੇਖ ਸੀ ਬੱਲੇ ਹੋਏ ਲਤਾ ਖਿੱਚਣ ਵਾਲੇ। ਮੈਂ ਬਹੁਤ ਵਾਰੀ ਬੇਨਤੀ ਕੀਤੀ ਵੈਸੇ ਵੀ, ਉਹ ਇੱਕ ਕਹਾਣੀ ਸੀ ਛੋਟੀ ਜੀ, ਜੋ ਅੱਜ ਅਸੀਂ ਜਿਹੜੇ ਢਹਿੰਦੀ ਕਲਾ ਵਾਲੇ ਪਾਸੇ, ਚਾਹੇ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਾਂ, ਚਾਹੇ ਅਸੀਂ ਅੱਗੇ ਨਹੀਂ ਵੱਧ ਰਹੇ। ਉਹਨੇ ਕਹਾਣੀ ਲਿਖੀ ਬੀਰਬਲ ਦੀ ਅਤੇ ਅਕਬਰ ਬਾਦਸ਼ਾਹ ਦੀ। ਅਕਬਰ ਬਾਦਸ਼ਾਹ ਉਹਦਾ ਬੜਾ ਸਿਆਣਾ ਮੰਤਰੀ ਬੀਰਬਲ, ਬੀਰਬਲ ਨੂੰ ਇੱਕ ਗੱਲ ਅਕਬਰ ਕਹਿੰਦਾ ਵੀ ਤੂੰ ਬੜਾ ਸਿਆਣਾ ਮੰਤਰੀ ਆ, ਜੋ ਤੇਰੇ ਵਿੱਚ ਗੁਣ ਹੈ, ਜੋ ਤੇਰਾ ਸੁਭਾਅ, ਜੋ ਤੂੰ ਕੰਮ ਕਰ ਸਕਦਾ ਮੇਰਾ ਹੋਰ ਕੋਈ ਮੰਤਰੀ ਕੋਈ ਰਿਸ਼ਤੇਦਾਰ ਨਹੀਂ ਕਰ ਸਕਦਾ, ਪਰ ਮੇਰੀ ਇੱਕ ਮਜਬੂਰੀ ਹੈ, ਮੇਰੇ ਰਿਸ਼ਤੇਦਾਰ, ਮੇਰੇ ਮੰਤਰੀ, ਆਸ ਪਾਸ ਦੇ ਲੋਕ ਮੇਰੇ ਨਾਲ ਨਾਰਾਜ਼ ਹੋ ਗਏ ਆ। ਕਹਿੰਦੇ ਬੀਰਬਲ ਨੂੰ ਇਹ ਅਹੁਦੇ ਤੋਂ ਹਟਾ ਦੇ, ਇਹ ਅਹੁਦਾ ਸਾਨੂੰ ਦੇ ਦੇ, ਪਰ ਜਿਹੜਾ ਤੇਰੇ ਵਿੱਚ ਗੁਣ, ਜਿਹੜੇ ਕੰਮ ਤੂੰ ਕਰ ਸਕਦਾ ਉਹਨਾਂ 'ਚ ਨਹੀਂ। ਮੈਂ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਨਹੀਂ ਛੱਡ ਸਕਦਾ, ਪਰ ਮੈਂ ਤੈਨੂੰ ਵੀ ਨਹੀਂ ਛੱਡ ਸਕਦਾ, ਇਹਦਾ ਕੋਈ ਹੱਲ ਕੱਢ ਦੇ। ਤੂੰ ਵੀ ਰਹਿ ਜਾਵੇਂ, ਤੇਰੀ ਸਲਾਹ ਦੀ ਸਲਾਹਕਾਰੀ ਬੰਦੇ ਨੂੰ ਬਹੁਤ ਉੱਪਰ ਲੈ ਜਾਂਦਾ ਅਤੇ ਮਾੜੇ ਸਲਾਹਕਾਰੀ ਬੰਦੇ ਨੂੰ ਡੋਬ ਦਿੰਦੇ ਆ। ਚੰਗਾ ਸੁਝਾਅ, ਚੰਗੀ ਸਲਾਹ, ਬੰਦਾ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਂਦਾ ਹੈ ਅਤੇ ਮਾੜੇ ਸਲਾਹਕਾਰ ਅਰਸ਼ ਤੋਂ ਲਿਆ ਕੇ ਫਰਸ਼ ਤੇ ਸੁੱਟ ਦਿੰਦੇ ਆ। ਬੜੇ ਧਿਆਨ ਨਾਲ ਗੱਲ ਸੁਣੀ। ਬੀਰਬਲ ਕਹਿਣ ਲੱਗਾ, ਬਾਦਸ਼ਾਹ ਜਿੰਨੇ ਕਿੰਨੇ ਕੁ ਲੋਕ ਆ? ਕਹਿੰਦਾ ਹੈਗਾ 50-60 ਜਾਣੇ ਤੇ ਹੈਗੇ ਆ। ਕਹਿੰਦਾ ਫਿਰ ਇਸ ਤਰੀਕੇ ਨਾਲ ਇੱਕ ਮਜ਼ਦੂਰ ਸੱਦ, ਕੋਈ 50 ਫੁੱਟ ਲੰਬਾ, 50 ਫੁੱਟ ਚੌੜਾ, 25-30 ਫੁੱਟ ਡੂੰਘਾ ਇੱਕ ਟੋਆ ਪੁੱਟ ਲਾ। ਹੁਣ ਬਾਦਸ਼ਾਹ ਨੇ ਹੁਕਮ ਕਰਤਾ, ਥੋੜੇ ਦਿਨਾਂ 'ਚ ਟੋਆ ਪੁੱਟਿਆ ਗਿਆ। ਕਹਿੰਦੇ ਜਦੋਂ ਬਾਦਸ਼ਾਹ ਨੇ ਦੱਸਿਆ ਬੀਰਬਲ ਟੋਆ ਪੁੱਟ ਲਿਆ, ਕਹਿੰਦਾ ਹੁਣ ਸਾਰੇ ਜਿੰਨੇ ਰਿਸ਼ਤੇਦਾਰ ਮੰਤਰੀ ਬਣਨਾ ਚਾਹੁੰਦੇ ਆ ਮੇਰੇ ਵਾਲਾ ਅਹੁਦਾ ਮੰਗਦੇ ਆ, ਮੇਰੇ 'ਤੇ ਜਹਿਲਸੀ ਕਰਦੇ, ਸਾਰਿਆਂ ਨੂੰ ਬੁਲਾ ਲਾ। ਬਾਦਸ਼ਾਹ ਨੇ ਸੱਦਾ ਪੱਤਰ ਦਿੱਤਾ, ਸਭ ਆ ਗਏ। ਕਹਿੰਦਾ ਹੁਣ ਸਾਰਿਆਂ ਨੂੰ ਇਹਨਾਂ ਨੂੰ ਪੌੜੀ ਲਾ ਕੇ ਸਾਰਿਆਂ ਨੂੰ ਟੋਏ 'ਚ ਉਤਾਰ ਦੇ, ਟੋਏ 'ਚ ਉਤਾਰ ਕੇ। ਕਹਿੰਦਾ ਹੁਣ, ਕਹਿੰਦਾ ਹੁਣ ਪੌੜੀ ਬਾਹਰ ਕੱਢ ਲਾ, ਇਹਨਾਂ ਨੂੰ ਇਹ ਕਹਿ ਵੀ ਜਿਹੜਾ ਸਭ ਤੋਂ ਪਹਿਲਾਂ ਬਾਹਰ ਆਵੇਗਾ, ਜਿਵੇਂ ਕੈਬਨਿਟ ਮੰਤਰੀ ਆਪਾਂ ਕਹਿੰਦੇ ਨਾ ਇੱਕ ਨੰਬਰ ਦਰਜੇ ਦੇ,
ਕਹਿੰਦਾ ਜਿਹੜਾ ਸਭ ਤੋਂ ਪਹਿਲਾਂ ਆਵੇਗਾ ਉਹਨੂੰ ਇਹ ਪਹਿਲਾ ਰੈਂਕ ਮਿਲੇਗਾ, ਜਿਹੜਾ ਦੂਜਾ ਜਿਵੇਂ ਜਿਵੇਂ ਬਾਹਰ ਤੁਹਾਨੂੰ ਮੈਂ ਅਹੁਦੇ ਦੇ ਜਾਊਂਗਾ। ਹੁਣ ਸਾਰੇ ਬਾਦਸ਼ਾਹ ਨੇ ਕਹਿਤਾ ਵੀ ਜਿਹੜਾ ਸਭ ਤੋਂ ਪਹਿਲਾਂ ਆਵੇਗਾ ਉਹਨੂੰ ਇੱਕ ਨੰਬਰ ਦਰਜਾ, ਦੋ ਨੰਬਰ, ਤਿੰਨ ਨੰਬਰ, ਜਿਵੇਂ ਜਿਵੇਂ ਬਾਹਰ ਆਈ ਜਾਓਗੇ ਤੁਹਾਨੂੰ ਅਹੁਦੇ ਮਿਲੀ ਜਾਣਗੇ, ਮੈਂ ਬੀਰਬਲ ਨੂੰ ਪਾਸੇ ਕਰ ਦੂੰਗਾ। ਹੁਣ ਸਾਰੇ ਕੋਸ਼ਿਸ਼ ਕਰਨ ਲੱਗ ਗਏ ਬਾਹਰ ਨਿਕਲਣ ਵਾਸਤੇ। ਕੁਝ ਮੇਰੇ ਵਰਗੇ ਨਿਕੰਮੇ ਜੇ ਸੀ, ਉਹ ਵਿਚਾਰੇ ਇਕੱਲੀ ਜੈਲਸ ਕਰਨ ਜਾਣਦੇ ਸੀ, ਉਹ ਵੇਖੀ ਜਾਂਦੇ ਸੀ ਕਿਹੜਾ ਉੱਪਰ ਗਿਆ। ਜਿਹੜਾ ਸਿਰੇ ਲੱਗਦਾ ਸੀ ਨਾ, ਚੜ੍ਹਨ ਲੱਗਦਾ ਸੀ ਬਾਹਰ, ਉਹ ਜਾ ਕੇ ਕਹਿੰਦਾ ਸੀ ਉਹ ਮੰਤਰੀ ਤੇ ਫਲਾਨਾ ਬਣ ਗਿਆ, ਉਹਨੂੰ ਫੜੋ, ਨਹੀਂ ਉਹਨੇ ਬਣ ਜਾਣਾ। ਤੇ ਸਾਰਿਆਂ ਨੇ ਇਕੱਠੇ ਹੋ ਕੇ ਉਹਦੀਆਂ ਲੱਤਾਂ ਖਿੱਚ ਲੈਣੀਆਂ ਤੇ ਥੱਲੇ ਸੁੱਟ ਦੇਣਾ। ਫਿਰ ਕਿਸੇ ਨੇ ਕਿਸੇ ਦੇ ਮੋਢੇ ਤੇ ਪੈਰ ਰੱਖਿਆ, ਕਿਸੇ ਨੇ ਸਿਰ ਤੇ ਰੱਖਿਆ, ਫਿਰ ਚੜ੍ਹਨਾ, ਮੇਰੇ ਵਰਗਾ ਫਿਰ ਵੇਖੀ ਜਾਂਦਾ। ਫਿਰ ਉਹਨੇ ਕਹਿਣਾ ਉਹ ਮੰਤਰੀ ਇੱਕ ਨੰਬਰ ਦਾ, ਉਹ ਦਰਜੇ ਦਾ, ਉਹ ਬਣ ਗਿਆ, ਉਹਨੂੰ ਫੜੋ, ਉਹਨੂੰ ਰੋਕੋ, ਉਹਨੂੰ ਫਿਰ ਲੱਤਾਂ ਤੋਂ ਫੜ ਕੇ ਥੱਲੇ ਸੁੱਟ ਲੈਣਾ। ਉਹ ਸਿਰਲੇਖ ਸੀ ਬੱਲੇ ਹੋਏ ਲੱਤਾਂ ਖਿੱਚਣ ਵਾਲੇ। ਕਈ ਵਾਰੀ ਸਾਡੀ ਵੀ ਜਿਹੜੀ ਮਾਨਸਿਕਤਾ ਤੌਰ ਤੇ ਅਸੀਂ ਇੰਨੇ ਕੁ ਨੀਵੇਂ ਪੱਧਰ ਤੇ ਹੋ ਜਾਂਦੇ ਹਾਂ, ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਲੋਕ ਕੀ ਕਹਿੰਦੇ। ਅਸੀਂ ਉਸ ਗੁਰੂ ਦੇ ਸਿੱਖ ਹਾਂ, ਗੁਰੂ ਨਾਨਕ ਸਾਹਿਬ ਨੂੰ ਉਹ ਵੀ ਮਿਲੇ ਸੀ ਜਿਹੜੇ ਵੱਟੇ ਮਾਰਨ ਵਾਲੇ ਸੀ, ਪੱਥਰ ਮਾਰਨ ਵਾਲੇ ਸੀ। ਮਹਾਰਾਜ ਕੀ ਕਹਿੰਦੇ? ਕਹਿੰਦੇ ਵਸਦੇ ਰਹੋ। ਇਸ ਕਰਕੇ ਭਾਈ ਆਪਾਂ ਨੂੰ ਇਹ ਜਦੋਂ ਸਮਾਜ ਵਿੱਚ ਵਿਚਰਦੇ ਆ, ਮਨੁੱਖਤਾ ਦੀ ਸੇਵਾ ਕਰਦੇ ਹਾਂ, ਇਹ ਨਹੀਂ ਦੇਖਣਾ ਚਾਹੀਦਾ, ਆਪਾਂ ਨੂੰ ਇਹ ਦੇਖਣਾ ਚਾਹੀਦਾ ਮੈਂ ਕਿਸੇ ਲਈ ਕੀ ਕਰ ਸਕਦਾ ਹੈ, ਮੈਂ ਕਿਸੇ ਦੀ ਕੀ ਮਦਦ ਕਰ ਸਕਦਾ ਹੈ। ਜੇ ਤੁਸੀਂ ਸਮਾਜ ਵੱਲ ਦੇਖੋਗੇ, ਸਮਾਜ ਤੁਹਾਨੂੰ ਜਿਉਣ ਨਹੀਂ ਦੇਵੇਗਾ। ਸਾਧ ਸੰਗਤ, ਇਸ ਕਰਕੇ ਜ਼ਰੂਰੀ ਹੈ, ਜਿੰਨੇ ਵੀ ਸਮਾਜ ਸੇਵੀ ਬੈਠੇ ਹੋ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤਗੜੇ ਹੋ ਕੇ ਸੇਵਾ ਤੇ ਲੱਗੇ ਰਹੋ। ਸਾਨੂੰ ਗੁਰੂ ਸਾਹਿਬਾਨਾਂ ਨੇ ਇਹ ਸਿਖਾਇਆ ਹੈ ਕਿ ਮਨੁੱਖਤਾ ਦੀ ਸੇਵਾ। ਜਿੰਨੇ ਵੀ ਮੈਂ ਬਹੁਤਿਆਂ ਦਾ ਨਾਮ ਨਹੀਂ ਜਾਣਦਾ, ਪਰ ਫੇਸਬੁੱਕ ਚ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਅਖਬਾਰਾਂ, ਖਬਰਾਂ ਦੇ ਵਿੱਚ ਜਾਣ ਪਛਾਣ ਹੁੰਦੀ ਰਹਿੰਦੀ ਹੈ। ਸਾਰੇ ਸਮਾਜ ਸੇਵੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਬਾਕੀ ਹੁਣ ਜਿੰਨੇ ਵੀ ਲੋੜਵੰਦ ਪਰਿਵਾਰ ਆ, ਉਹਨਾਂ ਦੀ ਮਦਦ ਕੀਤੀ ਜਾਣੀ ਹੈ। ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਤਬਦੀਲੀ ਆ ਰਹੀ ਹੈ ਮੌਸਮ ਦੇ ਵਿੱਚ, ਮੌਸਮ ਖਰਾਬ ਤਾਂ ਨਹੀਂ ਕਹਿ ਸਕਦੇ, ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਲੱਗਦਾ ਜਿਵੇਂ ਬਾਰਿਸ਼ ਵੀ ਆ ਸਕਦੀ। ਇਸ ਕਰਕੇ ਮੈਂ ਪ੍ਰਬੰਧਕਾਂ ਨੂੰ ਇਹ ਕਹਾਂਗਾ ਕਿ ਜਲਦੀ ਕੀਤੀ ਜਾਵੇ। ਅਤੇ ਆਓ ਸਾਰੀ ਸੰਗਤ ਦਾ, ਸਾਰੇ ਸਮਾਜ ਸੇਵੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਿਚਾਰਾਂ ਦੌਰਾਨ ਬੇਨਤੀ ਭੁੱਲਾਂ ਹੋ ਗਈਆਂ ਹੋਣਗੀਆਂ, ਮੇਰੀਆਂ ਭੁੱਲਾਂ ਨੂੰ ਮੇਰੀ ਝੋਲੀ ਵਿੱਚ ਪਾ ਦੇਣਾ, ਤਾਂ ਤੇ ਆਉਣ ਵਾਲੇ ਸਮੇਂ ਵਿੱਚ ਸੋਧ ਕੇ ਰੱਖ ਸਕਾਂ ਜੀ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਆਵਾਜ਼ੇ ਕੌਮ ਜੋ ਚੈਨਲ ਆ, ਰਘਵੀਰ ਸਿੰਘ UK, ਉਹ ਉਹਨਾਂ ਦੀ ਵੀ ਟੀਮ ਪਹੁੰਚੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਮੈਡੀਕਲ ਚੈੱਕਅਪ ਜੋ ਕੈਂਪ ਲੱਗਾ ਹੈ, ਉਹਨਾਂ ਦਾ ਵੀ ਧੰਨਵਾਦ। ਸਾਰੇ ਸਮਾਜ ਸੇਵੀਆਂ ਦਾ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।